ਦੱਸ ਦੇ ਕਿ ਮੈਡੀਕਲ ਸਟੋਰ ਦੇ ਵਿੱਚ ਦੋ ਲੁਟੇਰਿਆਂ ਦੇ ਵੱਲੋਂ ਵੱਡੀ ਵਾਰਦਾਤ ਕੀਤੀ ਗਈ ਤਾਂ ਤੇਜ਼ਧਾਰ ਹਥਿਆਰਾਂ ਦੇ ਨਾਲ ਇਹ ਲੁੱਟ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਆ। ਤਾਂ ਦੱਸ ਦਈਏ ਕਿ ਲੁੱਟ ਦੇ ਸਮੇਂ ਮੈਡੀਕਲ ਸਟੋਰ ਦੇ ਵਿੱਚ ਗਾਹਕ ਵੀ ਮੌਜੂਦ ਹੁੰਦੇ ਨੇ ਤੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਦੋਨੋਂ ਲੁਟੇਰੇ ਕੈਦ ਹੋ ਜਾਂਦੇ ਨੇ। ਤਾਂ ਜਲੰਧਰ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਜਿੱਥੇ ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਦਾ ਸਮਾਂ ਸੀ ਤਾਂ ਇਸ ਮੌਕੇ ਮੈਡੀਕਲ ਸਟੋਰ ਦੇ ਵਿੱਚ ਕਈ ਕਰਮਚਾਰੀ ਅਤੇ ਗਾਹਕ ਵੀ ਮੌਜੂਦ ਸੀ ਤਾਂ ਲੁਟੇਰਿਆਂ ਦੇ ਵੱਲੋਂ ਅੰਦਰ ਵੜ ਕੇ 50,000 ਦੀ ਨਕਦੀ ਕੱਢ ਲਈ ਜਾਂਦੀ ਹੈ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੁਕਾਨ ਦੇ ਅੰਦਰ ਮੌਜੂਦ ਮਾਲਕ ਨੇ ਦੱਸਿਆ ਕਿ ਲੁਟੇਰੇ ਨੇ ਉਸਨੂੰ ਧਮਕੀ ਦਿੱਤੀ ਕਿ ਮੈਨੂੰ ਗੋਲੀ ਚਲਾਉਣ ਨੂੰ ਮਜਬੂਰ ਨਾ ਕਰ ਅਤੇ ਫਿਰ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਗਈ। ਤਾਂ ਇਹ ਲੁਟੇਰੇ ਗੱਲੇ ਦੇ ਵਿੱਚ ਪਏ ਸਾਰੇ ਪੈਸੇ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਇਹ ਦੋਨੋਂ ਲੁਟੇਰੇ ਬਾਈਕ 'ਤੇ ਸਵਾਰ ਹੋ ਕੇ ਆਉਂਦੇ ਨੇ ਤਾਂ ਘਟਨਾ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜਿਸ ਸੰਬੰਧੀ ਹੁਣ ਪੁਲਿਸ ਕੋਲ ਵੀ ਸ਼ਿਕਾਇਤ ਦੇ ਦਿੱਤੀ ਗਈ ਹੈ। ਤਾਂ ਸੀਸੀਟੀਵੀ ਦੇ ਆਧਾਰ 'ਤੇ ਹੁਣ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਮਿਲੀ ਜਾਣਕਾਰੀ ਅਨੁਸਾਰ ਮੈਡੀਕਲ ਸਟੋਰ ਦੇ ਜਿਹੜੇ ਸੀਸੀਟੀਵੀ ਕੈਮਰੇ ਸੀ ਉਹ ਉਸ ਸਮੇਂ ਖਰਾਬ ਸੀ, ਜਿਸ ਕਰਕੇ ਜਿਹੜੀ ਵਾਰਦਾਤ ਹੈ ਉਸ ਦੇ ਵਿੱਚ ਕੈਦ ਨਹੀਂ ਹੋ ਪਾਉਂਦੀ ਹੈ।